ਇੱਕ ਨਾ ਆਲੂਆਂ ਵਾਲੇ ਵੀਰਾਂ ਵਾਸਤੇ ਆਪਾਂ ਦਿੱਤਾ ਤੋਹਫਾ, ਇੱਥੇ ਨਾ ਆਮ ਟਰਾਲੇ ਦੇ ਐਂਗਲ ਲੱਗੀ ਹੋਊਗੀ ਏਦਾਂ ਦੀ, ਠੀਕ ਆਪਾਂ ਹੈ ਚੈਨਲ ਲਾਤਾ ਵੀ ਜਿਹੜਾ ਇਹਦਾ ਬੈੱਡ ਆ ਇਹ ਬਾਹਰ ਨੂੰ ਨਾ ਨਿਕਲੇ, ਬੈੱਡ ਦੀ ਪਲਾਜ਼ਮਾ ਕੱਟਣ ਜਾ ਵੀਰੇ ਸਾਰੀ ਕੰਪਨੀ। ਠੀਕ ਹੈ ਜੀ, ਇਹ ਵੀ ਪਲਾਜ਼ਮਾ ਮਸ਼ੀਨ ਦੀ ਕਟਿੰਗ ਆ ਗਈ, ਲਓ ਬਈ ਚੈੱਕ ਕਰ ਸਕਦੇ ਹੋਗੇ ਪਾਇਆ ਇਹਦੇ ਵਿੱਚ, ਦੇਖੋ ਇਹ ਖੁੱਲੂਗਾ। ਆ ਤਾਂ ਲੱਗ ਰਹੀ ਬਈ ਫੀਚਰ ਲਾਦਾ ਜਿਵੇਂ ਆਪਾਂ ਕਹਿੰਦੇ ਨਾ। ਲੈ ਜੀ ਫਿਰ ਆਪਾਂ ਚਲੋ ਗੰਨੇ ਵਾਲੇ ਲਾਉਂਦੇ ਹੁੰਦੇ ਸੀਗੇ, ਆਪਾਂ ਮੰਜਾ ਵੀ ਲਾਇਆ। ਠੀਕ ਹੈ ਜੀ, ਲੈ ਜੀ ਮੰਡੀ ਜਾਣਾ ਰੋਟੀ ਪਾਣੀ ਖਾਣਾ ਬੰਦੇ ਨੇ, ਵੱਡਾ ਟੂਲ ਲਾਇਆ ਬਿਸਤਰਾ ਰੱਖ ਕੇ ਲੈ ਜੇ, ਵਾਟਰ ਟੈਂਕ ਲਾਤਾ ਇੱਥੇ, ਵੀ ਵਾਟਰ ਟੈਂਕ ਆ ਗਿਆ, ਸਲਾਂਸਰ ਜਮਾ ਫ੍ਰੀ ਲਾਇਆ ਆਪਾਂ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ। ਤੇ ਬਾਈ ਜੀ, ਜਿਹੜੀ ਚੀਜ਼ਾਂ ਤੁਸੀਂ ਗਾਣੇ 'ਚ ਸੁਣਨ ਲੱਗੇ ਨਾ, ਅੱਜ ਤੁਹਾਨੂੰ ਰੀਅਲ 'ਚ ਦਿਖਾਉਣ ਲੱਗਿਆ। ਤੇ ਬਾਈ ਅਮਰਜੀਤ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਬਾਈ ਜੀ, ਘੈਂਟ ਹੋਣ ਵਾਲੀ ਆ ਵੀਡੀਓ ਅੱਜ ਦੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਬਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਅਮਰਜੀਤ ਸਿੰਘ ਲੋਪੋ। ਠੀਕ ਹੈ ਬਾਈ ਜੀ, ਤੇ ਮਿਲ ਲੱਗੇ ਸੀ ਨੇਗੇ ਬਾਈ, ਪਿੰਡ ਲੋਪੋ ਆ ਵੀਰੇ, ਜ਼ਿਲ੍ਹਾ ਮੋਗਾ ਹੈ, ਤਹਿਸੀਲ ਨਿਹਾਲ ਸਿੰਘ ਵਾਲਾ, ਨੇੜੇ ਮੋਗਾ ਬਰਨਾਲਾ ਰੋਡ। ਠੀਕ ਹੈ ਜੀ, ਤੇ ਅੱਜ ਦਿਖਾ ਦਈਏ ਬਾਈ ਜੀ ਫਿਰ। ਦਿਖਾਓ ਜੀ। ਲੈ ਬਾਈ ਜੀ, ਤੇ ਗਾਣੇ ਵਿੱਚ ਜਿਵੇਂ ਮੈਂ ਤੁਹਾਨੂੰ ਆਖਿਆ ਜੀ ਬਾਈ ਜੀ, ਪਹਿਲਾਂ ਤੁਸੀਂ ਬਹੁਤ ਜ਼ਿਆਦਾ ਸੁਣਦੇ ਰਹਿਣੇ ਹੋਗੇ, ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ, ਕਿਤੇ ਮਹਿੰਗੀ ਕੁੜੇ ਤੇਰੀ ਨੈਣੋ ਕਾਰ ਤੋਂ। ਲੈ ਬਾਈ ਜੀ, ਅੱਜ ਤੁਹਾਨੂੰ ਦਿਖਾਉਣ ਲੱਗਿਆਂਗੇ ਟਰਾਲਾ। ਤੇ ਕਿੰਨੇ ਬਾਈ ਕਿੰਨੇ 'ਚ ਆ ਗਿਆ ਬਾਈ ਜੀ? 16-7 ਆ ਜੀ। ਜਿਵੇਂ ਲਗਜ਼ਰੀ ਕਾਰਾਂ 'ਚ ਤੁੰਨ ਤੁੰਨ ਕੇ ਫੀਚਰ ਭਰੇ ਹੁੰਦੇ ਨੇ ਨਾ, ਇੱਦਾਂ ਬਾਈ ਨੇ ਤੁੰਨ ਤੁੰਨ ਕੇ ਫੀਚਰ ਭਰੇ ਹੋਏ ਨੇਗੇ, ਤੁਹਾਨੂੰ ਫੀਚਰ ਪੂਰੇ ਦੇ ਪੂਰੇ ਦਿਖਾਵਾਂਗੇ ਵੀਡੀਓ 'ਚ। ਤੇ ਬਾਈ ਕਿੱਥੋਂ ਸਟਾਰਟ ਕਰੀਏ ਬਾਈ ਜੀ? ਆਪਣੀ ਫਾਰਮ ਦਿਖਾ ਦਿਓ ਜੀ ਪਹਿਲਾਂ, ਗੁਰੂ ਕਿਰਪਾ। ਠੀਕ ਹੈ ਜੀ, ਲੈ ਬਾਈ ਗੁਰੂ ਕਿਰਪਾ ਬਾਈਆਂ ਦੇ ਫਾਰਮਾਂ ਗਾ, ਤੇ ਬਾਕੀ ਦੇਖ ਸਕਦੇ ਹੋ ਸਕਰੀਨ ਤੇ। ਬੈਕ ਸਾਈਡ ਬਾਈ ਜੀ ਆਪ ਤਿਆਰ ਕਰਵਾਇਆ ਜੀ? ਹਾਂਜੀ ਹਾਂਜੀ, ਬੈਕ ਸਾਈਡ ਦਿਖਾ ਦਿਓ। ਲੈ ਬਾਈ ਜੀ ਸ਼ੌਂਕੀਆ ਤਿਆਰ ਕਰਵਾਇਆ ਹੋਇਆ ਗਾ। ਲੈ ਬਾਈ ਜੀ ਆਹ ਮੋਬਾਈਲ ਨੰਬਰ ਆਪਣਾ। ਠੀਕ ਹੈ ਜੀ, ਲੈ ਬਾਈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ, ਜੇ ਕਿਸੇ ਵੀ ਨੇ ਕੰਟੈਕਟ ਕਰਕੇ ਤਿਆਰ ਕਰਵਾਉਣਾ ਹੋਵੇ, ਠੀਕ ਹੈ ਬਾਈ ਜੀ, ਜਾਂ ਸਲਾਹ ਲੈਣੀ ਹੋਵੇ, ਬਾਈ ਸਲਾਹ ਲਈ ਵੀ ਮੈਂ ਕਹਿੰਦਾ ਮਾਹਿਰ ਹੈਗਾ ਪੂਰਾ। ਤੇ ਦੱਸੋ ਬਾਈ ਜੀ ਆਪਾਂ ਸਟਾਰਟਿੰਗ ਕਰਦੇ ਹਾਂ ਅੱਗੇ ਤੋਂ, ਆ ਜਾਓ। ਚਲੋ ਜੀ, ਤੇ ਵੇਟ ਕੀ ਕਿੰਨਾ ਗਾ ਬਾਈ ਜੀ ਇਹਦੇ ਵਿੱਚ? ਵੇਟ ਤਾਂ ਵੀਰੇ 32.5 ਜਾਂ 33 ਹੋ ਸਕਦਾ, 50 ਕਿਲੋ 32 ਜਾਂ 33 ਹਰ ਇੱਕ ਪੀਸ ਦਾ ਥੋੜਾ ਘਣਾ ਫਰਕ ਪੈ ਜਾਂਦਾ 10-20 ਕਿਲੋ। ਠੀਕ ਆ ਬਾਈ ਜੀ, ਆਪਾਂ ਪਹਿਲਾਂ ਹੁੱਕ ਤੋਂ ਸ਼ੁਰੂ ਕਰਦੇ ਆਦੇ। ਠੀਕ ਆ ਜੀ, ਮੋਟੀ 4 ਇੰਚੀ ਹੁੱਕ ਦਿੱਤੀ ਆਪਾਂ ਨੂੰ। ਠੀਕ ਆ ਜੀ, ਆਮ 3 ਕੈਂਚੀ 'ਚ 3 ਕੈਂਚੀ ਹੁੰਦੀ 2.5, ਚਲੋ ਠੀਕ ਆ ਜਿਵੇਂ ਵੀ ਲਾਈ ਜਾਂਦਾ। 10 ਇੰਚੀ ਚਾਸੀ ਆ ਹੈਵੀ ਦੇ ਵਿੱਚ। ਠੀਕ ਆ ਜੀ, ਚਾਸੀ ਦੇ ਆਪਾਂ ਥੱਲੇ ਦਿਖਾਇਓ, ਚਾਸੀ ਦੇ ਅੰਦਰ ਪਲੇਟ ਭਰ ਕੇ ਆਪਾਂ ਕੈਂਚੀ ਵੀ ਲਾਈ ਆ ਥੱਲੇ, ਉਹ ਤੁਹਾਨੂੰ ਦਿਖ ਰਹੀ ਆ। ਲਓ ਬਾਈ ਡਬਲ ਜੈਕ ਅੱਗੇ ਵੀ ਉਹ ਕਰਤਾ ਨਾ ਬਾਈ ਜੀ, ਡਬਲ ਕਰਤਾ, ਡਬਲ ਕਰਤਾ ਜੀ। ਠੀਕ, ਬਹੁਤ ਮਜ਼ਬੂਤ ਆ, ਜਿੱਥੇ ਲੋਹੇ ਦੀ ਜ਼ਰੂਰਤ ਆ ਉੱਥੇ ਲੋਹਾ ਲਾਇਆ ਆਪਾਂ, ਫਾਲਤੂ ਲੋਹਾ ਨਹੀਂ ਲਾਇਆ। ਠੀਕ ਆ, ਡਬਲ ਜੈਕ ਆ। ਕਹਿ ਦਿੰਦੇ ਹੁੰਦੇ ਨੇ ਨਾ ਵੀ ਕੁਆਂਟ ਕਿੰਨੇ ਮਰਜ਼ੀ ਕੁਆਂਟਲ ਦੀ ਬਣਾ ਲਓ, ਜੇ ਉਈ ਲੋਹਾ ਉਹ ਤਾਂ ਭਾਰ ਤਾਂ ਲੋਕਾਂ ਦੇ ਪੈਣਾ ਜੀ, ਅਸੀਂ ਤਾਂ ਲੋਹੇ ਦੇ ਪੈਸੇ ਲੈਣੇ ਸਿੱਧੀ ਜੀ ਗੱਲ। ਠੀਕ ਆ, ਦੇਖੋ ਬਾਈ ਜੀ ਬਾਈ ਨੇ ਮੇਨ ਗੱਲ ਫੀਚਰਾਂ ਦੀ ਨਾ ਬਾਈ। ਠੀਕ ਆ ਜੀ, ਤੇ ਪੰਪ ਕਿੰਨੇ ਸਟੇਜ ਦਾ ਆ ਗਿਆ ਬਾਈ ਜੀ? ਪੰਪ 3 ਸਟੇਜ ਦੇ 2 ਬਾਈ। ਠੀਕ ਆ ਜੀ, ਡਬਲ ਪੰਪ ਲੱਗਿਆ, 2 ਪੰਪ ਆ ਗਏ ਬਾਈ ਜੀ। ਠੀਕ ਆ, ਲਓ ਬਾਈ ਜੀ ਪੰਪ ਵੀ ਦੇਖ ਸਕਦੇ ਹੋਗੇ, ਤੇ ਪੰਪ ਦੀ ਗਰੰਟੀ ਵਾਲਾ ਬਾਈ ਜੀ? ਹਾਂਜੀ ਹਾਂਜੀ, ਹੁੰਦਾ ਹੀ ਕੁਛ ਨਹੀਂ ਵੀਰੇ ਨੂੰ। ਠੀਕ ਆ ਜੀ, ਤੇ ਲਓ ਬਾਈ ਜੀ ਡਬਲ ਟਰਾ ਟਰਾਲਾ ਗਿਆ। ਤੇ ਜੇ ਗੱਲਬਾਤ ਕਰੀਏ ਬਾਈ ਜੀ ਹੱਬਾਂ ਦੀ, ਵੱਡੀ ਹੱਬਾ ਵੀਰੇ, ਘੋੜੇ ਵਾਲੇ ਰਹਿਮਾ, ਘੋੜੇ ਵਾਲੇ ਰਹਿਮਾ ਗੇ, ਵੱਡੇ ਹੱਬ ਆ ਗਏ। ਅਕਸੈਸਰੀ ਵੀ ਲਾਈ ਆਪਾਂ? ਠੀਕ ਹੈ, ਲਾਈਵ ਸਟੀਲ ਦੇ, ਵੈਲ ਸਟੀਲ ਦੇ ਰਹੀ ਨਾਲ ਲਾਈਵ ਸਟੀਲ ਦੇ ਲਾਈਵ ਪਾ ਬਾਈ ਨੂੰ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਇਹਨਾਂ ਨੂੰ ਜ਼ਰ ਨਹੀਂ ਲੱਗਦੀ ਨਾ ਬਾਈ ਜੀ? ਨਹੀਂ ਲੱਗਦੀ ਨਹੀਂ। ਠੀਕ ਆ, ਲੋਹੇ ਦੇ ਪਵਾ ਕੇ ਤਾਂ ਕੋਈ ਫਾਇਦਾ ਨਹੀਂ, ਵਧੀਆ ਕੁਆਲਿਟੀ ਦੇ ਲਾਏ ਆ। ਠੀਕ ਆ ਜੀ, ਤੇ ਜੇ ਲੇੜਾਂ ਦੀ ਗੱਲ ਕਰੀਏ ਬਾਈ ਜੀ, ਜਿਹੜੀਆਂ ਲੇੜਾਂ ਹੁੰਦੀਆਂ ਨੇ ਨਾ ਆਮਾਂ ਨਾ ਪ੍ਰੋਟੀਨ ਭਰ ਦਿੰਦੇ ਨੇ ਨਾ। ਹਾਂਜੀ ਹਾਂਜੀ, ਇਹ ਵੀਰੇ ਮੈਗ ਵੈਲਡ ਆ, ਮੈਗ ਵੈਲਡ, ਹਾਂ ਫੈਕਟਰੀ ਵਿੱਚ ਬਣਦਾ, ਯਾਨੀ ਮੰਨ ਕੇ ਚਲੋ ਵੀ ਬਹੁਤ ਵਧੀਆ ਵੈਲਡ ਹੁੰਦਾ, ਇਹਦੇ ਚ ਕੋਈ ਥਾਂ ਨਹੀਂ ਰਹਿਣਾ, ਜਗ੍ਹਾ ਨਹੀਂ ਰਹਿਣਾ, ਵੱਡੀ ਗੱਲ ਜੰਗਾਲ ਨਹੀਂ ਪੈਣੀ। ਠੀਕ ਆ ਜੀ, ਚਲੋ ਵੀ ਬਾਕੀ ਦੇਖ ਸਕਦੇ ਹੋਗੇ ਲੇਡਿੰਗ ਪੂਰੀ ਸਾਈਡਾਂ ਸਾਈਡ ਐਂਗਲ ਸਾਰਾ ਸੇਲ ਦਾ ਸਮਾਨ ਲੱਗਿਆ ਵਾ। ਠੀਕ ਆ ਜੀ, 2K ਪੇਂਟ ਆ ਵੀਰੇ, ਪਹਿਲਾਂ ਮੂੰਹ ਵੇਖ ਤੇਰਾ ਵੀਡੀਓ ਬਣਾਉਂਦਾ ਵੇਖਦਾ ਹੋਊਗਾ। ਠੀਕ ਹੈ, ਲੈ ਵੀ ਤੁਸੀਂ ਦੇਖ ਸਕਦੇ ਹੋਗੇ 2K ਦਾ ਪੇਂਟ ਆ, ਐ ਨਹੀਂ ਹੈਗਾ ਵੀ ਉਹ ਕਲਰ ਜਿਹਾ ਮਾਰ ਕੇ ਸੜਦਾ। ਨਹੀਂ ਨਹੀਂ ਬਾਈ, ਬਹੁਤ ਮਹਿੰਗਾ ਪੇਂਟ ਆ ਇਹ। ਠੀਕ ਆ ਜੀ, 2K ਦਾ ਪੇਂਟ ਆ ਜਿਹੜਾ ਆਪਾਂ ਵੀਡੀਓ ਕਰਦੇ ਹੁੰਦੇ ਨੇ ਕਿ ਫੋਰ ਟਰੈਕਟਰ ਮੋਡੀਫਾਈ ਕਰਦੇ ਨੇਗੇ, ਠੀਕ ਆ, ਉਹ ਕਲਰ ਉਹਨਾਂ ਦੇ ਉੱਪਰ ਉਹ ਕੀਤਾ ਜਾਂਦਾ ਹੈਗਾ ਇਹ। ਬੈੱਡ ਦੀ ਪਲਾਜ਼ਮਾ ਕੱਟਣ ਜਾ ਵੀਰੇ ਸਾਰੀ ਕੰਪਨੀ। ਠੀਕ ਆ ਜੀ,
ਵੀ ਪਲਾਜ਼ਮਾ ਮਸ਼ੀਨ ਦੀ ਕਟਿੰਗ ਆ ਗਈ, ਲਓ ਬਈ ਚੈੱਕ ਕਰ ਸਕਦੇ ਹੋਗੇ, ਜਿਹੜੀ ਮਸ਼ੀਨੀ ਕਟਿੰਗ ਹੁੰਦੀ ਆ ਬਾਈ ਜੀ ਉਹਦਾ ਅਲੱਗ ਹੀ ਪਤਾ ਹੁੰਦਾ ਉਹ ਤਾਂ ਅਲੱਗ। ਠੀਕ ਫਿਰ ਆਪਾਂ ਚਲੋ ਗੰਨੇ ਵਾਲੇ ਲਾਉਂਦੇ ਹੁੰਦੇ ਸੀਗੇ, ਆਪਾਂ ਮੰਜਾ ਵੀ ਲਾਇਆ। ਠੀਕ ਹੈ ਜੀ, ਲੈ ਮੰਡੀ ਜਾਣਾ ਰੋਟੀ ਪਾਣੀ ਖਾਣਾ ਬੰਦੇ ਨੇ, ਵੱਡਾ ਟੂਲ ਲਾਇਆ, ਬਿਸਤਰਾ ਰੱਖ ਕੇ ਲੈ ਜੇ। ਠੀਕ ਇੱਥੇ ਵਾਟਰ ਵਾਟਰ ਡਰਿੰਕ ਟਰੇ ਇਹਨੂੰ ਕਹਿ ਦਿੰਦੇ ਆਪਾਂ, ਕੋਈ ਡੱਬਾ ਰੱਖਣਾ ਇਹ 'ਚ ਫਿੱਟ ਕਰਨ ਵਾਲੀ ਰਹਿੰਦੀ ਆਪਣੀ। ਠੀਕ ਹੈ ਜੀ, ਤੇ ਲਓ ਬਾਈ ਜੀ ਇੱਥੇ ਆਪਾਂ ਜੇ ਕੋਈ ਖਾਣਾ ਪੀਣਾ ਰੱਖਣਾ ਕੁਛ ਵੀ, ਠੀਕ ਹੈ ਜੀ, ਇਹ ਹੈਗਾ ਟੂਲ ਬਾਕਸ ਹੈ ਨਾ ਬਾਈ ਜੀ, ਵੱਡਾ ਟੂਲ ਬਾਕਸ। ਠੀਕ ਹੈ ਜੀ, ਖੋਲ ਕੇ ਦਿਖਾ ਦੀ ਬਈ ਮਾੜਾ ਜਿਹਾ ਟੂਲ ਬਾਕਸ ਵੀ ਖੋਲ ਦਿੰਦੇ ਬੰਦੇ ਨੇ ਰੋਟੀ ਪਾਣੀ ਖਾਣਾ ਹੈਗਾ ਬਹਿ ਕੇ ਮੰਡੀ ਦੇ ਵਿੱਚ ਆਰਾਮਦਾਰੀ ਨਾਲ। ਠੀਕ ਆ, ਸਾਵੇਂ ਲਾ ਕੇ ਟਰਾਲਾ ਜਿਵੇਂ ਮਰਦੀ ਹੈ ਨਾ ਵਾਲਾ ਉਹ ਵੀ ਕਰ ਲੈਣਾ ਜੀ। ਲੈ ਬਈ ਪੈਣ ਲਈ ਵੀ ਮੈਂ ਕਹਿੰਦਾ ਪੂਰਾ ਵਧੀਆ ਮੰਜਾ ਹੈਗਾ। ਲੈ ਬਈ ਜੀ ਖੁੱਲਾ ਡੁੱਲਾ ਟੂਲ ਹੈਗਾ, ਐਂ ਨਹੀਂ ਹੈਗਾ ਛੋਟਾ ਜਿਹਾ ਲਾ ਕੇ ਦਰਦ ਕਰਤਾ ਨਾ ਬਾਈ ਜੀ। ਇੱਧਰ ਲੈ ਇੱਕ ਸਾਈਡ ਵਾਲਾ ਗਿਆ, ਆ ਜਾਓ ਆਪਾਂ ਦੂਜਾ ਹਿੱਸਾ ਵੀ ਦਿਖਾ ਦਈਏ ਬਾਈ ਜੀ ਉੱਧਰ ਲਾ ਪਾਸਾ। ਮਿੱਟੀ ਘੱਟਾ ਪੈ ਜਾਂਦਾ, ਬਾਕੀ ਬੁਰਾ ਲੱਗਦਾ ਸਾਰੀ ਚੀਜ਼ ਹੈਵੀ ਕਵਰ ਦੇਦਾ, ਪੌੜੀ ਲੱਗੀ ਆ ਬਹੁਤ ਸੋਹਣੀ ਡਿਜ਼ਾਈਨ ਲਈ ਆਪਾਂ ਜਾਲੀ ਲਾਈ ਆ। ਉਲਟੇ ਪਾਸੇ ਲਾਇਆ ਹੋਇਆ ਜੀ, ਤਕਨੀਕ ਨਵੀਂ ਤਕਨੀਕ ਹੈ ਜੀ, ਪਹਿਲਾਂ ਦੂਸਰੇ ਪਾਸੇ ਲੱਗਦਾ ਹੁੰਦਾ ਸੀਗਾ। ਠੀਕ ਹੈ ਜੀ, ਬਾਕੀ ਜਿਹੜੀ ਹਿੱਸੇ ਦੀ ਸੈਟਿੰਗ ਆਪਣੀ, ਠੀਕ ਹੈ, ਹਿੱਸੇ ਦੀ ਸੈਟਿੰਗ ਨਾਲ ਹੀ ਟਰਾਲੀ ਨੇ ਚੱਲਣਾ ਹੈਗਾ, ਜਦੋਂ ਆਪਾਂ ਮੰਨ ਕੇ ਚਲੋ ਟਰੈਕਟਰ ਮਗਰ ਪਾਵਾਂਗੇ ਆਇਆ ਕਰਨ ਲੱਗ ਜਾਂਦੀ ਹੈ ਟਰੈਕਟਰ ਨੂੰ, ਚੌਕਣ ਲੱਗ ਜਾਂਦੀ ਹੈ, ਆਪਣੀ ਜਾਊਕੂ ਵੀ ਨਹੀਂ ਆਇਆ ਚੱਲ, ਜਿਵੇਂ ਕਾਰ ਦਾ ਟੋਚਨ ਪਾਇਆ ਹੁੰਦਾ ਮਗਰ ਆਇਆ। ਠੀਕ ਹੈ, ਜਿੰਨਾ ਮਰਜ਼ੀ ਤੇਜ਼ ਭਜਾਲਾ ਜਾਏ, ਜਿੰਨਾ ਮਰਜ਼ੀ ਹੋਰ ਕਰ ਲੈ। ਠੀਕ ਆ ਬਾਈ, ਤੇ ਇਹ ਕੀ ਚੀਜ਼ਾਂ ਲਾਤੀਆਂ ਬਾਈ? ਜਿਵੇਂ ਇਹ ਨਾ ਲੱਗੀਆਂ ਹੁੰਦੀ ਸੀ ਪੁਰਾਣੇ ਟਾਈਮ 'ਚ, ਦੇਖੇ ਨਾ ਲੰਡੀਆਂ ਜੀਪਾਂ ਉੱਪਰ ਲੱਗੀਆਂ ਹੁੰਦੀਆਂ ਨਾ ਬਾਈ। ਚਲੋ ਵਰਤੋਂ 'ਚ ਵੀ ਆ ਸਕਦੀਆਂ, ਚਲੋ ਆਪਾਂ ਤਾਂ ਇਹਨੂੰ ਸਜਾਵਟ ਦਿੱਤੀ ਆ ਦੀ ਐਕਸੈਸਰੀ ਲਾ ਲਓ। ਇਹ ਕੱਲੀ ਬਈ ਐਂ ਤਾਂ ਨਹੀਂ ਹੈਗਾ ਜਿਵੇਂ ਤੁਸੀਂ ਆਖਿਆਗਾ ਵੀ ਵਰਤਣ ਲਈ ਨੇ, ਜੇ ਨਟ ਖੋਲ ਕੇ ਵਰਤ ਲਓ ਜੀ, ਬਹੁਤ ਮਜ਼ਬੂਤ ਬਣਾਇਆ ਵੱਲੋਂ। ਠੀਕ ਹੈ, ਐਂ ਨਹੀਂ ਹੈਗਾ ਵੀ ਮਜ਼ਬੂਤ ਬਣਾਇਆ ਹੋਇਆਗਾ ਪੂਰਾ, ਐ ਨਹੀਂ ਹੈਗਾ ਵੀ ਕੋਈ ਬਿੰਗਾ ਟੇਡਾ ਜਿਹਾ ਹੋ ਜਾਊਗਾ। ਇੱਕ ਨਾ ਆਲੂਆਂ ਵਾਲੇ ਵੀਰਾਂ ਵਾਸਤੇ ਆਪਾਂ ਦਿੱਤਾ ਤੋਹਫਾ, ਇੱਥੇ ਨਾ ਆਮ ਟਰਾਲੇ ਦੇ ਐਂਗਲ ਲੱਗੀ ਹੋਊਗੀ ਇਦਾਂ ਦੀ, ਆਪਾਂ ਚੈਨਲ ਲਾਤਾ ਵੀ ਜਿਹੜਾ ਇਹਦਾ ਬੈੱਡ ਆ ਇਹ ਬਾਹਰ ਨੂੰ ਨਾ ਨਿਕਲੇ। ਠੀਕ, ਆਲੂਆਂ ਦੀਆਂ ਧਾਂਕਾਂ ਲਾਉਣੇ ਨਾ ਜਦੋਂ ਆਪਾਂ ਮਜ਼ਬੂਤ ਕਰਤਾ ਇਹਨੂੰ, ਬਾਕੀ ਆ ਜਾਲੀ ਨੂੰ ਲੋਕ ਲੱਗਦਾ ਹੈ, ਤਿੰਨ ਪਾਸੇ ਡਾਲਾ ਖੁੱਲਦਾ ਇਹਦਾ। ਆਇਓ, ਠੀਕ ਹੈ, ਇੱਕ ਨੀ ਦੋ ਨੀ ਇੱਕ ਇੱਕ ਤਿੰਨ ਤਿੰਨ ਪਾਸੇ ਨੂੰ ਖੁੱਲਦਾ, ਤਿੰਨ ਸਾਨੇ ਜੇ ਤਾਂ ਆਪਾਂ ਫਸਲ ਲਾਉਣੀ ਹੈ ਉੱਚੀ ਢੇਰੀ ਲਾਉਣੀ ਹੈ ਝੋਨੇ ਕਣਕ ਦੀ ਮੰਡੀ 'ਚ, ਕਈ ਵਾਰ ਜਗ੍ਹਾ ਆਪਣੇ ਕੋਲ ਘੱਟ ਹੁੰਦੀ ਹੈ ਉੱਥੇ। ਠੀਕ ਹੈ ਜੀ, ਸਾਈਡ ਨੂੰ ਖੋਲ ਲਓ ਇਹਨੂੰ, ਬਹੁਤ ਉੱਚੀ ਧਾਂਕ ਲਾ ਦੂਗਾ, ਖਿੱਚਣਾ ਨਹੀਂ ਉੱਪਰ ਤੱਕ ਵੱਗ ਜੂਗਾ, ਜੇ ਪਿੰਨਾ ਪਾਵਾਂਗੇ ਇੱਥੇ ਪਿੰਨਾ ਪੈ ਜਾਣਗੀਆਂ। ਠੀਕ ਹੈ ਜੀ, ਇਹ ਆ ਗਿਆ ਆਪਣਾ ਜਿਵੇਂ ਆਪਾਂ ਕਹਿੰਦੇ ਮਿੱਟੀ ਲੈ ਕੇ ਆਉਣੀ ਹੈ ਨਾ, ਇੱਥੇ ਪਿੰਨਾ ਪਾਵਾਂਗੇ ਇੱਥੋਂ ਚੱਕਿਆ ਜਾਣਾ। ਠੀਕ ਹੈ ਜੀ, ਇੱਥੇ ਪਿੰਨਾ ਪਾ ਲਾਂਗੇ ਥੱਲੇ ਨੂੰ ਖੁੱਲ ਜੂਗਾ, ਥੱਲੇ ਨੂੰ ਖੁੱਲ, ਤਿੰਨ ਫੰਕਸ਼ਨ ਆ, ਤਿੰਨ ਆਪਸ਼ਨ ਨੇ ਜੀ, ਤਿੰਨ ਆਪਸ਼ਨ ਹੈਗੀਆਂ। ਠੀਕ ਹੈ ਜੀ, ਬਾਪੂ ਵਰਗਾ ਬੰਦਾ ਨਹੀਂ, ਖੇਤੀ ਵਰਗਾ ਧੰਦਾ ਨਹੀਂ। ਠੀਕ ਹੈ ਜੀ, ਲੈ ਬਾਈ ਜੀ ਇਹ ਬਾਈ ਜਿਵੇਂ ਪਹਿਲੇ ਹੀ ਦੱਸਦੀ ਨੇ ਮੈਂ ਸ਼ੌਂਕ ਹੀ ਹੈਗਾ ਹਰੇਕ ਚੀਜ਼ ਦਾ, ਜਿਹੜੀ ਚੀਜ਼ ਬਣਾਉਣੀ ਆ। ਠੀਕ ਹੈ ਜੀ, ਲੈ ਬਾਈ ਜੀ ਉਰੇ ਵੀ ਹੈਵੀ ਆ ਗਿਆ ਨਾ ਬਾਈ ਜੀ, ਤੇ ਜਿਵੇਂ ਇੱਕ ਹੁੰਦਾ ਨਾ ਬਾਈ ਜੀ ਜੇ ਆਪਾਂ ਥੋੜਾ ਪਿੱਛੇ ਚੱਲੀਏ ਆ ਐਂਗਲ ਨਹੀਂ ਲਾਈ ਹੁੰਦੀ, ਇਹਦੇ ਵਿੱਚ ਹੀ ਉਹ ਪੈ ਜਾਂਦਾ ਨਾ ਬਾਈ ਜੀ। ਹਾਂਜੀ ਹਾਂਜੀ, ਇਹ ਨਾ ਇੱਕ ਆਪਾਂ ਅਸੈਸਰੀ ਦੇ ਲਾਈਟਾਂ ਵੀ ਲਾ ਕੇ ਦੇਵਾਂਗੇ, ਐਲਈਡੀ ਬਹੁਤ ਸੋਹਣੀ ਲਾਈਟ ਆਪਾਂ ਹਰਿਆਣੇ ਚੋਂ ਮੰਗਾਈ ਹੈ ਸਪੈਸ਼ਲ। ਠੀਕ ਹੈ, ਉਹ ਵੀ ਲਾ ਕੇ ਦੇਵਾਂਗੇ, ਲਾਉਣ ਲਈ ਰਹਿੰਦੀ ਹੈ। ਲੈ ਬਾਈ ਜੀ ਉਰੇ ਲਾਈਟਾਂ ਵੀ ਲੱਗਣਗੀਆਂ ਜਿਵੇਂ ਟਰੱਕਾਂ ਦੇ ਲੱਗੇ ਹੁੰਦੇ ਨੇ, ਇੱਕ ਤਰ੍ਹਾਂ ਦਾ ਟਰੱਕ ਹੀ ਬਣ ਜਾਣਾ, ਚਾਰ ਫੰਕਸ਼ਨ ਹੋਣਗੇ ਉਹਦੇ ਵਿੱਚ। ਠੀਕ ਹੈ, ਇੰਡੀਕੇਟਰ ਹੋ ਗਏ, ਪਾਰਕਿੰਗ ਹੋ ਗਈ, ਬ੍ਰੇਕਾਂ ਵਾਲੀਆਂ ਹੋ ਗਈਆਂ। ਠੀਕ ਹੈ ਜੀ, ਤੇ ਬੈਕ ਆਉਣ ਲਈ, ਹਾਂ ਉਹਦੇ ਵਾਲੀ ਚਾਰ ਹੋ ਗਏ ਉਹਦੇ ਵਿੱਚ। ਠੀਕ ਹੈ ਜੀ, ਜਦੋਂ ਬੈਕ ਆਊਗਾ ਉਦੋਂ ਵੀ ਇੱਕ ਹੋਰ ਦਿਖਾਇਓ, ਇੱਥੇ ਨਾ ਆਪਾਂ ਸਿੰਗਲ ਲਾ ਦਿੰਦੇ ਆਪਾਂ ਨਾ ਦੋ ਬੱਤੇ ਜੋੜ ਕੇ ਲਾਏ ਆ, ਇੱਥੇ ਦਿਖਾਇਓ ਮਜ਼ਬੂਤੀ ਵਾਸਤੇ, ਇੱਥੇ ਦੋ ਲਾਏ ਆਪਾਂ। ਠੀਕ ਹੈ, ਸਾਰੇ ਸਿੰਗਲ ਸਿੰਗਲ ਦੇਖੋ, 4 ਇੰਚੀ ਬੱਤੇ ਲਾ, ਇੱਥੇ ਫੇਰ ਡਬਲ ਲਾ। ਗਈਆਂ ਟਰਾਲੀਆਂ ਦਾ ਆਪਾਂ ਕਹਿ ਦਈਏ
ਟਾਇਰ ਲੱਗ ਲੈ ਜਾਂਦੇ ਹੁੰਦੇ ਨੇ ਗੇ ਬਈ ਲੈਣ ਲੂਣ ਵਾਲਾ ਕੰਮ ਨਹੀਂ ਹੈਗਾ ਵੇਖੋ ਇੱਥੇ ਡਬਲ ਫੇਰ ਲਾਤਾ ਆਪਾਂ ਠੀਕ ਹੈ ਜੀ ਹੱਥ ਮਾਰ ਕੇ ਵੇਖੋ ਲੈ ਬਈ ਉਰੇ ਵੀ ਡਬਲ ਆ ਗਿਆ ਲਓ ਬਈ ਦੇਖ ਸਕਦੇ ਹੋ ਪੂਰੇ ਹੈ ਵੀ ਬੱਤੇ ਲੱਗੇ ਹੋਏ ਨੇਗੇ ਤੇ ਜੇ ਬੱਤਿਆਂ ਦੀ ਗੱਲ ਕਰੀਏ ਬਈ ਜੀ ਕਿੰਨੇ ਵਾਲਾ ਆ ਗਿਆ ਬਈ ਜੀ ਇਹ ਬੱਤਾ 4 ਇੰਚੀ ਵੀਰੇ 4 ਇੰਚੀ ਬਾਕੀ ਆ ਲੈਦ ਖੋਰੇ ਲਾਉਣ ਵਾਸਤੇ ਆਪਾਂ ਥੋੜੇ ਜੇ ਇਹਦੀ ਡਿਜ਼ਾਈਨਿੰਗ ਵੀ ਦੇਤੀ ਤੇ ਪੱਤਰਾ ਥੱਲੇ ਨੂੰ ਦੇਤਾ ਨਹੀਂ ਇੱਥੋਂ ਤਾਂ ਹੀ ਹੁੰਦਾ ਆ ਠੀਕ ਆ ਜੀ ਤੇ ਇੱਥੇ ਵੀ ਸਪੋਰਟ ਦੇਤੀ ਹੈ ਨਾ ਬਈ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਗਾਂ ਵੀ ਡਬਲ ਲੱਗਿਆ ਆਪਣਾ ਇੱਥੇ ਵੀ ਡਬਲ ਆ ਠੀਕ ਆ ਜੀ ਇਧਰਲੇ ਪਾਸੇ ਵੀ ਡਬਲ ਆ ਗਿਆ ਠੀਕ ਆ ਬਈ ਜੀ ਗਾਂ ਵੀ ਆ ਜਾਓ ਇਧਰ ਉੱਡਿਆ ਇੱਕ ਆ ਚੀਜ਼ ਆ ਗਈ ਬਈ ਜੀ ਇਹ ਪੱਤੀਆਂ ਡਾਲੇ ਵਾਸਤੇ ਦਿੱਤੀਆਂ ਡਾਲੇ ਵਾਸਤੇ ਠੀਕ ਆ ਜੀ ਆਮ ਸਿੰਗਲ ਦੇ ਕੇ ਸਾਰ ਦਿੰਦੇ ਨੇ ਆਪਣੀਆਂ ਡਬਲ ਆ ਜੂ ਗਾਂ ਇਹ ਡਬਲ ਆ ਗਿਆ ਆਪਾਂ ਇੱਥੇ ਵੀ ਡਬਲ ਦਿੱਤਾ ਲਓ ਬਈ ਜੀ ਇਹ ਤਾਂ ਵੀ ਰੀਜਨ ਕੱਲ ਨੂੰ ਟਰਾਲੀ ਖੋਭ ਜੇ ਆਪਾਂ ਟੋਚਨ ਪਾਉਣਾ ਆਇਆ ਨਹੀਂ ਪੱਟਿਆ ਜਾਊਗਾ ਠੀਕ ਆ ਇੱਥੇ ਟੋਚਨ ਇਹ ਪੱਤੀ ਹੈਗੀ ਨਾ ਇੱਕ ਇਹ ਹੈਗੀ ਇਹ ਆਮ ਸਿੰਗਲ ਲੱਗ ਜਾਂਦੀ ਨਹੀਂ ਇਹ ਤਾਂ ਚਲੋ ਡਬਲ ਹੀ ਲੱਗਣੀ ਜਿਹੜਾ ਆ ਬੱਤਾ ਆਪਾਂ ਡਬਲ ਲਾਇਆ ਇੱਥੇ ਠੀਕ ਆ ਜੀ ਲਓ ਬਈ ਆ ਵੀ ਡਬਲ ਆ ਗਿਆ ਮੈਂ ਕਹਿੰਦਾ ਕੋਈ ਘਾਟ ਤਾਂ ਛੱਡੀ ਨਹੀਂ ਹਾਂ ਆ ਪੌੜੀ ਲੱਗੀ ਵੇਖ ਲਓ ਠੀਕ ਆ ਜੀ ਲਓ ਬਈ ਜੇ ਕਿਸੇ ਨੇ ਕਣਕ ਦੇਖਣੀ ਆ ਕਿ ਜਾਂ ਆਪਾਂ ਮੱਕੀ ਦੇ ਚਾਰ ਪਾਉਣੇ ਹੁੰਦੇ ਕਿ ਉਦੋਂ ਦੇਖਣਾ ਉੱਪਰ ਚੜ੍ਹਨਾ ਗਾ ਸੌਖਾ ਰਹਿੰਦਾ ਗਾ ਲਓ ਵੀ ਬਾਕੀ ਦੇਖ ਸਕਦੇ ਹੋਗੇ ਤੇ ਬਾਕੀ ਕਿੰਨੇ ਬਾਏ ਕਿੰਨੇ ਦਾ ਆ ਗਿਆ ਬਾਈ ਜੀ 16-7 ਦਾ ਜੀ 16-7 ਦਾ 16-7 ਦਾ ਮੂਸੇ ਵਾਲੇ ਸਾਹਿਬ ਜਿਹੜੇ ਫੈਨ ਆ ਉਹਨਾਂ ਵਾਸਤੇ ਆਪਾਂ ਮੂਸੇ ਵਾਲੇ ਦਿਖਾਓ ਦਿਖਾਈ ਤੇ ਨਹੀਂ ਤੁਸੀਂ ਠੀਕ ਹੈ ਆਪਾਂ ਦਿਖਾ ਵੀ ਦਿੰਦੇ ਹਾਂ ਤੁਸੀਂ ਬਾਈ ਨਿਊ ਮਾਡਲ ਆ ਮੂਸੇ ਵਾਲੇ ਬਾਈ ਦੇ ਚਲੋ ਜੀ ਸਾਰੀ ਦੁਨੀਆ ਫੈਨ ਆਪਾਂ ਵੀ ਨਾਲ ਹੀ ਫੈਨ ਆ ਠੀਕ ਹੈ ਜੀ ਚਲੋ ਆਮ ਜਿਹਾ ਬੰਦਾ ਸੀਗਾ ਕੋਈ ਠੀਕ ਹੈ ਜੀ ਲੈ ਬਈ ਜੀ ਦੇਸੀ ਜੱਟ ਕਿਹੜੀ ਹੈ ਆਪਾਂ ਚਾਹੀਦੀ 911 ਟਰੈਕਟਰ ਆ ਠੀਕ ਹੈ ਜੀ ਲੈ ਬਈ 911 ਟਰੈਕਟਰ ਇੱਕ ਤੁਸੀਂ ਜੇ ਬਾਈ ਜੀ ਚਲੋ ਹੋਰ ਵੱਡੀ ਗੱਲ ਦੱਸਣ ਲੱਗਿਆ ਹਾਂਜੀ ਹਾਲੈਂਡ ਦੀ ਸ਼ੋਅ ਤੇ ਹੱਥ ਮਾਰ ਕੇ ਆਪਣਾ ਬੰਦੇ ਆਪਣੇ ਕੋਲੇ ਆ ਜਾਵੇ ਤੁਸੀਂ ਆਪਦੀ ਇਮਾਨਦਾਰੀ ਨਾਲ ਮਾਰਿਓ ਹੱਥ ਇੱਥੇ ਝੂਠ ਨਾ ਬੋਲਿਓ ਜਮਾ ਸਹੀ ਗੱਲ ਆ ਬਈ ਜਿਵੇਂ ਟਰੈਕਟਰਾਂ ਦਾ ਪੇਂਟ ਹੁੰਦਾ ਨਾ ਆਉਂਦੀ ਆ ਫੀਲਿੰਗ ਉਹ ਜੀ ਹਾਂ ਸਹੀ ਗੱਲ ਆ ਜਮਾ ਵੀ ਆਪਾਂ ਹੱਥ ਮਾਰ ਕੇ ਦੇਖ ਦਿੰਨੇ ਉਹਦੇ ਪਤਾ ਨਹੀਂ ਕਿੰਨੇ ਕਿੰਨੇ ਦੁਨੀਆ ਨੇ ਵੇਖਣੀ ਆ ਸੱਚੀ ਗੱਲ ਕਿਹੋ ਜੇ ਨਹੀਂ ਲੱਗਦਾ ਨਹੀਂ ਸੱਚੀ ਗੱਲ ਆ ਬਈ ਯਾਰ ਹੁਣ ਜਿਵੇਂ ਆ ਫੋਟੋ ਆ ਫੋਟੋ ਤੇ ਇਹਦੇ ਉੱਤੇ ਸਕ੍ਰੈਚ ਹਜੇ ਉਹ ਹੁੰਦਾਗਾ ਹੱਥ ਹੜਕਦਾਗਾ ਇਹ ਤੇ ਉਹ ਹੱਥ ਨਹੀਂ ਹੜਕਦਾ ਗੁਰੂ ਕਿਰਪਾ ਐਗਰੀ ਫਾਰਮ ਆਪਣੇ ਠੀਕ ਹੈ ਜੀ ਜਿਵੇਂ ਬਈ ਜੀ ਇਹ ਤਾਂ ਨਿਊ ਹਾਲੈਂਡ ਵਾਲੀ ਹੋ ਗਈ ਨਾ ਜੇ ਕਿਸੇ ਨੇ ਨਾਟ ਗੈਰਾਂ ਹੋ ਗਿਆ ਸਵਰਾਜ ਹੋ ਗਿਆ ਠੀਕ ਹੈ ਉਹਦੇ ਨਾਲ ਦਾ ਕਲਰ ਕਰਵਾਉਣਾ ਚਾਹੁੰਦੇ ਆ ਨਾਲ ਇੱਕ ਆਪਣਾ ਵਾਈਟ ਕਲਰ ਆਉਂਦਾ ਬਹੁਤ ਸੋਹਣਾ ਠੀਕ ਹੈ ਜਿਆਦਾ ਆਪਾਂ ਇਹ ਹੋ ਗਿਆ ਇੱਕ ਵਾਈਟ ਹੁੰਦਾ ਵਾਈਟ ਜਾਨੀ ਸਾਰੇ ਟਰੈਕਟਰ ਮਗਰੀ ਪੈ ਜਾਂਦਾ ਠੀਕ ਹੈ ਜੀ ਬਾਕੀ ਆ ਤੁਸੀਂ ਜਾਲੀ ਤਾਂ ਦਿਖਾਈ ਤੁਹਾਨੂੰ ਇੱਥੋਂ ਆਪਾਂ ਆ ਲੋਕ ਖੁੱਲ ਜਾਣੇ ਆ ਇੱਥੋਂ ਖੋਲਾਂਗੇ ਦਿਖਾਈਏ ਇਹਨੂੰ ਦਿਖਾ ਦੋ ਜੀ ਖੋਲ ਕੇ ਦਿਖਾ ਦੋ ਕੋਈ ਖੜਕਾ ਨਹੀਂ ਕਰਨਾ ਰਾਹ ਦੇ ਵਿੱਚ ਨੇ ਠੀਕ ਹੈ ਜੀ ਲਓ ਬਈ ਖੋਲ ਕੇ ਦਿਖਾ ਦਈਏ ਆ ਜਾਓ ਇਧਰ ਜਿਹੜੀ ਚੀਜ਼ ਵੀ ਲਾਈ ਆ ਬਾਈ ਨੇ ਤੁੰਨ ਤੁੰਨ ਕੇ ਲਾਈ ਹੋਈ ਆ ਆ ਵੇਖੋ ਹਰੇਕ ਚੀਜ਼ ਆ ਵੇਖੋ ਇਹੋ ਜਿਹਾ ਫੰਕਸ਼ਨ ਪਾਇਆ ਹੋਇਆ ਇਹਦੇ ਵਿੱਚ ਵੇਖੋ ਐ ਖੋਲੂਗਾ ਆ ਤਾਂ ਲੱਗ ਰਹੀ ਬਈ ਫੀਚਰ ਲਾਦਾ ਜਿਵੇਂ ਆਪਾਂ ਕਰੀਏ ਨਾ ਲੈ ਜੀ ਇਥੋਂ ਇਹਦੇ ਇਹਦੇ ਵਿੱਚ ਝਾੜ ਦੋ ਨਾ ਬਈ ਲੈ ਵਿੱਚੋਂ ਵੀ ਦਿਖਾ ਦੋ ਤੇ ਜੇ ਬਈ ਜੀ ਵਿੱਚ ਚਾਦਰ ਦੀ ਗੱਲ ਕਰੀਏ ਚਾਦਰ ਕਿਹੜੀ ਆ ਜਾਂਦੀ ਬਈ ਜੀ ਇਹਦੇ ਚਾਦਰ ਇੱਥੋਂ ਹੀ ਦਿਖਾ ਦੇਣਾ ਜੀ ਲੋੜ ਨਹੀਂ ਪੈਣੀ ਆ ਵੇਖੋ ਇੰਨੀ ਮੋਟੀ ਲਾਈ ਆਪਾਂ ਠੀਕ ਆ ਜੀ ਸਮਝਣ ਵਾਲੀ ਸਮਝ ਟਾਟਾ ਦੀ ਚਾਦਰ ਆ ਜਾਂਦੀ ਬਈ ਜੀ ਹਾਂਜੀ ਲਓ ਬਈ ਆ ਦੇਖ ਸਕਦੇ ਹੋਗੇ ਮੋਟੀ ਹੈਵੀ ਚਾਦਰ ਲੱਗੀ ਹੋਈ ਆ ਪਲੇਟ ਹੀ ਲੱਗੀ ਵੀ ਚਾਦਰ ਨਹੀਂ ਕਹਿ ਸਕਦੇ ਪਲੇਟ ਹੀ ਲੱਗੀ ਹੋਈ ਆ ਦੱਸੀ ਜਾਂਦੀ ਆ ਸਾਨ ਇੰਨੀ ਮੋਟੀ ਵੇਖ ਲਓ ਠੀਕ ਆ ਲਓ ਬਈ ਪਲੇਟ ਲਈ ਲੱਗੀ ਹੋਈ ਹੈਗੀ ਚਾਦਰ ਤਾਂ ਬਾਈ ਕਹਿੰਦਾ ਲੱਗਦੀ ਗੱਲ ਆ ਗਈ ਤੇ ਜਾਲੇ ਵੀ ਸਪੋਰਟ ਦਿੱਤੀ ਆਪਾਂ ਨੇ 16 ਕਰਕੇ ਬੈੱਡ ਨੂੰ ਠੀਕ ਆ ਜੀ ਤੇ ਬਾਈ ਜੀ ਜਾਲੀ ਕਿੰਨੇ ਬਾਈ ਕਿੰਨੇ ਦੀ ਆ ਗਈ ਇਹ ਵੀ 2.5 ਫੁੱਟ ਬੈੱਡ ਆ ਜਾਂਦਾ ਆਪਣਾ ਠੀਕ ਆ ਜੀ 2.5 ਫੁੱਟ ਬੈੱਡ ਆ ਜਾਂਦਾ ਤੇ ਇਹਦੀ ਟਰਾਲੀ ਦੀ ਉਚਾਈ ਆ ਜਾਂਦੀ ਆ ਇਹ ਵੀ 2.5 ਆ ਜਾਂਦੀ ਬਾਈ ਜੀ ਇਹ 2.25 ਹੁੰਦੀ ਹੈ 2.25 ਠੀਕ ਆ ਬਾਈ ਜੀ ਇੱਕ ਤੁਸੀਂ ਹੋਰ ਵੇਖਣ ਵਾਲੀ ਚੀਜ਼ ਆ ਪੈਪ ਨਾ ਆਮ ਖਿੱਚਿਆ ਜਾਂਦਾ ਪੈਪ ਕਰਨੀ ਮਾੜਾ ਜਿਹਾ ਕੈਮਰਾ ਬਣਾ ਦਿਓ ਜਮਾ ਸਿੱਧਾ ਹੋਊਗਾ ਠੀਕ ਆ ਨਹੀਂ ਤਾਂ ਬੈੱਡ ਨਾ ਆਮ ਖਿੱਚਿਆ ਜਾਂਦਾ ਖਿੱਚਿਆ ਜਾਂਦਾ ਬਾਈ ਕਹਿੰਦਾ ਜਮਾ ਸਿੱਧਾ ਦਾ ਸਿੱਧਾ ਪਿਆਗਾ ਇਧਰਲੇ ਤੇ ਮਰਾ ਦਿਓ ਠੀਕ ਆ ਲੈ ਬਾਈ ਇਧਰਲੇ ਤੇ ਵੀ ਨਿਗਾਹ ਮਰਵਾ ਦਨੇ ਜੇ ਬਾਈ ਜੀ ਗੱਲਬਾਤ ਕਰੀਏ ਇਹਦੇ ਰੇਟ ਦੀ ਰੇਟ ਵੀਰੇ ਆਇਆ ਵੀ ਵੱਡੀ ਗੱਲ ਆ ਪਹਿਲਾਂ ਆਪਾਂ ਨਾ ਰੋਟਾਵੇਟਰ ਸੀਗਾ ਆਪਣਾ ਚਲੋ ਬਾਅਦ ਦੇ ਵਿੱਚ ਦਿਖਾਉਂਦੇ ਆ ਆਪਾਂ ਵਾਅਦਾ ਵੀ ਕਰਿਆ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੰਨ ਕੇ ਚੱਲੋ ਵੀ ਛੋਟਾ ਭਰਾ ਜਿਹੜੇ ਵੇਖ ਰਹੇ ਆ ਕਿਸੇ ਦਾ ਬੱਚਾ ਵੀ ਹੋ ਸਕਦਾ ਕਿਸੇ ਦਾ ਮਾਵਾਂ ਭੈਣਾਂ ਮੇਰੇ ਮਾਂ ਪਿਓ ਵਰਗੇ ਬਜ਼ੁਰਗ ਵੀ ਵੇਖਦੇ ਹੋਣਗੇ ਵੀਡੀਓ ਨੂੰ
ਦੇਸ਼ਾਂ ਵਿਦੇਸ਼ਾਂ 'ਚ ਵੇਖਣਗੇ, ਪੰਜਾਬ ਦੇ ਵਿੱਚ ਵੀ, ਜਿੱਥੇ ਵੀ ਵੇਖਣਗੇ। ਠੀਕ ਹੈ ਜੀ। ਨਵਾਂ ਕੰਮ ਚਲਾਇਆ, ਤੁਹਾਨੂੰ ਬਚਾਉਣ ਵਾਸਤੇ ਚਲਾਇਆ ਹੈਗਾ। ਠੀਕ ਹੈ ਜੀ। ਰੋਟੀ ਖਾਣੀ ਆ, ਚਲੋ ਤੁਹਾਨੂੰ ਦੱਸ ਕੇ, ਆਪਾਂ ਕਹਿ ਦਈਏ ਨਾ, ਹਰੇਕ ਬੰਦਾ ਥੋੜਾ ਘਣਾ ਤਾਂ ਉਹ ਕਰਦੀ ਹੈਗਾ, ਬਸ ਥੋੜੀ ਕਮਾਈ ਕਰਨੀ ਆ, ਦੱਸ ਕੇ ਕਰਨੀ ਆ, ਕਿਸਾਨੀ ਬਚਾਉਣੀ ਆ, ਪੰਜਾਬ ਬਚਾਉਣਾ ਹੈਗਾ। ਠੀਕ ਹੈ ਨਾ। ਆਪਾਂ ਇੱਕ ਚੀਜ਼ ਇਹੋ ਜਿਹੀ ਬਣਾਤੀ ਵੀ ਆਮ ਬੰਦਾ, ਜਿਹੜਾ ਆਮ ਬੰਦਾ ਵੀ ਖਾਬ ਦੇਖ ਸਕਦਾ ਨਾ, ਜਿਹੜਾ ਖਾਬ ਦੇਖਦਾ ਵੀ ਮੈਨੂੰ ਟਰਾਲੀ ਚਾਹੀਦੀ, ਉਹ ਲੈ ਲੂਗਾ। ਕਿਉਂ ਬਜਟ ਹੀ ਆਪਣਾ ਇੰਨਾ, ਸਿਰਫ ਹੀ 3.5 ਲੱਖ ਦੀ ਆ। 3.5 ਲੱਖ ਰੁਪਏ ਦੀ ਨਵੇਂ, 3.5 ਲੱਖ ਰੁਪਏ ਦੀ ਹੈਗੀ, ਦੇਖ ਸਕਦੇ ਹੋਗੇ। ਜੇ ਇਦੋਂ ਹੈ ਵੀ ਕਈ ਵੀਰ ਕਹਿਣਗੇ ਕਿ ਬਈ ਮਹਿੰਗੀ ਆ, ਠੀਕ ਆ, ਜੇ ਸਸਤੇ 'ਚ ਤਿਆਰ ਕਰਵਾਉਣੀ ਆ, ਉਹ ਜਿਹਾ ਫਿਰ ਵੇਟ ਘੱਟ ਕੇ ਸਸਤੇ 'ਚ ਵੀ ਤਿਆਰ ਹੋ ਜਾਊ ਨਾ ਬਈ। ਪਰ ਯਾਰ ਉਹ ਲਾਂਭਾ ਹੋਊਗਾ, ਆਪਾਂ ਬਣਾਉਂਦੇ ਨਹੀਂ ਉਹ। ਠੀਕ, ਉਹੀ ਗੱਲ ਕਹਿ ਰਿਹਾ ਵੀ ਜਿਹੜੀ ਕੁਆਲਿਟੀ ਤੁਹਾਨੂੰ ਇਹ ਚੀਜ਼ 'ਚ ਮਿਲੂਗੀ, ਫਿਰ ਉਹ ਉਹਦੇ ਵਿੱਚ ਨਹੀਂ ਮਿਲਣੀ ਜੀ। ਚਲੋ ਆਪਾਂ ਕਿਸੇ ਨੂੰ ਐਂ ਨਹੀਂ ਕਹਿੰਦੇ, ਜਿਹਦੇ ਨਾਲ ਦੀ ਊਂ ਟਰਾਲੀ ਬਣਾਉਣੀ, ਉਹ ਤੁਹਾਡੀ 3.5 ਲੱਖ 'ਚ ਬਣੂਗੀ ਨਵੇਂ ਟਾਇਰ ਪਾ ਕੇ। ਠੀਕ ਹੈ ਜੀ। ਆਪਾਂ ਜਿਹੜੇ ਟਾਇਰਾਂ ਵਾਲੀ ਦੱਸ ਦਈਏ, ਆਪਾਂ ਟਾਇਰ ਦੇ ਕੰਮ ਲੈ ਦੇਣ ਵਾਲੇ ਪਾਏ ਵੀ ਹੈਗੇ, ਕਿਉਂ ਅਗਲੇ ਨੇ ਕੀ ਪਤਾ, ਕਈ ਵਾਰੀ ਬੰਦਾ ਕਹਿੰਦਾ ਨਵੇਂ ਪਾਉਣੇ ਆ, ਚੰਗੇ ਪਾਉਣੇ, ਇਹਨਾਂ ਵਿੱਚ ਉਹਲਾ ਬਹੁਤ ਹੁੰਦਾ। ਠੀਕ ਹੈ ਜੀ। ਇਹ ਆਪਾਂ ਕੋਈ ਜੱਜ ਕਰ ਨਹੀਂ ਸਕਦੇ। ਠੀਕ, ਜੇ ਕਿਸੇ ਨੇ ਟਾਇਰ ਨਾ ਲਾਉਣੇ ਹੁਣ, ਆਪਾਂ 10,000 ਦੇ ਕੱਟ ਲਾਂਗੇ, 10,000 ਦੇ ਦੱਸ ਦੇ। ਠੀਕ ਹੈ। ਜੇ ਨਵੇਂ ਪਾਊਗਾ, ਮੰਨ ਕੇ ਚਲੋ 70 ਦੇ, 40 ਰਹਿ ਜੂਗਾ, 3-40 ਦੋ 10-15 ਦੇ ਵਿੱਚ, 4-10-15 ਦੇ ਵਿੱਚ ਨਵੇਂ ਟਾਇਰ ਪਾ ਕੇ ਤਿਆਰ ਹੋ ਜੂਗੀ। 20 ਚ ਰੱਖ ਲਓ ਬਸ। ਠੀਕ ਹੈ, 4-20। ਠੀਕ ਹੈ ਜੀ। ਲੈ ਬਾਈ, ਟਾਇਰ ਚੱਲਣ ਵਾਲੇ ਪਾਏ ਹੋਏ ਨੇ, ਇਹ ਨਹੀਂ ਕਹਿੰਦਾ ਬਾਈ ਵੀ ਨਵੇਂ ਪਾਏ ਨੇ, ਜੇ ਨਵੇਂ ਪਾਉਣੇ ਆ ਤੁਹਾਨੂੰ ਨਵੇਂ ਪਾ ਕੇ ਦੇ ਦੇਣਗੇ, ਉਹ ਜਿਹਾ ਰੇਟ ਆਪਦੇ ਪਾ ਲਵੇ, ਅਗਲਾ ਅੱਧੇ ਪਾ ਲਏ, ਆਪ 10,000 ਦੇ ਕੱਟ ਦਾਂਗੇ। ਠੀਕ ਹੈ, ਲੈ ਬਈ 10,000 ਦੇ ਬਾਈ ਕਹਿੰਦਾ ਕੱਟ ਲਾਂਗੇ, ਤੇ ਇਦਾਂ ਫੋਲਡ ਹੋ ਜਾਂਦਾ ਮੰਜਾ। ਠੀਕ ਹੈ, ਲੈ ਬਈ ਜੇ ਫੋਲਡ ਹੋ ਜਾਂਦਾ, ਕੁਛ ਨਹੀਂ ਕਰਨਾ, ਇੱਥੇ ਪੈਨ ਪਾ ਦੇਣੀ ਬਸ। ਠੀਕ ਹੈ ਜੀ। ਤੇ ਇਹ ਵੀ ਬਾਈ ਜੀ ਜਿਹੜੀ ਜਾਲੀ ਹੈਗੀ, ਇਹ ਉੱਪਰਲੇ ਨਾਲ ਦੀ ਜਾਲੀ ਲੱਗੀ ਹੋਈ ਹੈਗੀ। ਹਾਂਜੀ, ਉਹੀ ਹੈ। ਇੱਕ ਨਾ ਤੁਹਾਨੂੰ ਬਾਰੀ ਦਿਖਾਉਣੀ ਸੀ ਖੋਲ ਕੇ। ਠੀਕ ਹੈ ਜੀ, ਉਹ ਵੀ ਸਾਨੂੰ ਬਾਰੀ ਵੀ ਦਿਖਾਈ ਖੋਲ ਕੇ। ਲੋਹਾ ਬਾਈ ਆਪਾਂ ਨਾ ਬਣਾਉਣ ਨੂੰ 40 ਬਣਾ ਦਈਏ, ਪਰ ਭਾਰ ਮੇਰੇ ਭਰਾ ਜਿਹੜੇ ਉਹਨਾਂ ਤੇ ਪੈਣਾ, ਕਿਸਾਨਾਂ ਤੇ ਪੈਣਾ। ਠੀਕ, ਆਪਾਂ ਇਹਦੇ ਨਾਲ ਕਣਕ, ਝੋਨਾ, ਮੱਕੀ, ਗੰਨਾ ਕੁਛ ਵੀ ਢੋਈ ਜਾਵੇ। ਬਾਰੀ ਵੇਖੋ ਤੁਸੀਂ, ਆਪ ਲਾਓ ਤੇ ਆਪ ਹੀ ਖੋਲੋ। ਤੁਹਾਨੂੰ ਹੈਵੀ ਆ ਪੂਰੀ ਨਾ ਬਈ, ਨਹੀਂ ਹੈਵੀ ਵੀ ਆ, ਤੁਸੀਂ ਲਾਉਣ ਦੇ ਵਿੱਚ ਵੇਖੋ, ਆਪ ਹੀ ਤੁਹਾਨੂੰ ਪਤਾ ਲੱਗੂ, ਮੈਨੂੰ ਲੋੜ ਨਹੀਂ ਪੈਣੀ ਬੋਲਣ ਦੀ। ਲੈ ਬਈ, ਇੱਕ ਨਾ ਜਦੋਂ ਪਹਿਲਾਂ ਆਉਂਦੀ ਹੁੰਦੀ ਸੀ ਨਾ ਬਾਰੀਆਂ, ਉਹ ਪਤਾ ਕੀ ਹੈਗਾ, ਹਲਕੇ ਦੇ ਕਰਕੇ ਨਿੰਮ ਜਾਂਦੀਆਂ ਸੀ, ਨਿੰਮ ਵੀ ਜਾਂਦੀਆਂ ਸੀ, ਟਾਇਟ ਹੁੰਦੀਆਂ, ਇਹ ਖੁੱਲਦੀ ਨਹੀਂ ਸੀਗੀ। ਹੁਣ ਦੇਖੋ, ਹੁਣ ਬਾਰੀ ਆ ਗਈ, ਨਾਲ ਦੀ ਨਾਲ ਖੁੱਲੇ ਦੇ ਆ, ਛੋਟਾ ਬੱਚਾ ਵੀ, ਬੱਚਾ ਵੀ ਖੋਲ ਸਕਦਾ ਤੇ ਬੱਚਾ ਹੀ ਲਾ ਸਕਦਾ ਇਹਨੂੰ। ਹਾਂ ਜੀ, ਆਪਾਂ ਡਬਲ ਪੈਨ ਪਾਤੀ ਇਹ ਤੇ। ਠੀਕ ਹੈ, ਸਿੰਗਲ ਵੀ ਲਾ ਸਕਦੇ ਸੀ, ਪਰ ਆਪਾਂ ਨਾ ਲੋਹਾ ਉਸ ਥਾਂ ਤੇ ਵਰਤਿਆ ਜਿੱਥੇ ਜ਼ਰੂਰਤ, ਫਾਲਤੂ ਲੋਹਾ ਨਹੀਂ ਲਾਇਆ ਹੈਗਾ। ਠੀਕ ਹੈ ਜੀ। ਤੇ ਇਹ ਦੋ ਸਰੀਏ ਆ ਗਏ ਨੇ ਬਾਈ ਜੀ, ਸਪੋਰਟ ਦੇਣ ਵਾਸਤੇ। ਹਾਂਜੀ, ਸਪੋਰਟ। ਇਹ ਕਿੰਨੇ ਸੂਤਾ ਸਰੀਏ ਆ ਗਏ ਬਾਈ ਜੀ? ਇਹ 6 ਸੂਤਾ। 6 ਸੂਤਾ ਆਮ 3 ਸੂਤਾ ਸਰੀਏ ਲਾ ਕੇ ਸਾਰ ਦੋ ਨੇ, 3-4 ਤੇ ਬਾਈ ਜੀ 6 ਸੂਤਾ ਸਰੀਏ ਆ ਗਏ। ਇੱਥੇ ਇੱਥੇ ਵੀ ਪੌੜੀ ਲਾਈ ਆਪਾਂ ਇੱਧਰ ਵਾਸਤੇ। ਠੀਕ ਹੈ ਜੀ, ਬਾਈ ਜੀ ਇੱਥੇ ਵੀ ਪੌੜੀ ਆ ਗਈ, ਇੱਧਰ ਵੀ ਉਵੇਂ ਸੈਸਰੀ, ਇੱਧਰ ਵੀ ਲੱਗੀ ਹੋਈ ਆ। ਠੀਕ ਹੈ ਜੀ, ਸਾਰੇ ਸੈਸਰੀ ਉਵੇਂ ਲੱਗੀ ਹੋਈ ਆ। ਤੇ ਲੈ ਬਾਈ ਜੀ ਇਹ ਜੇ ਉੱਪਰ ਕਰਨਾ, ਇਦੋਂ ਉੱਪਰ ਵੀ ਹੋ ਜਾਊਗਾ, ਉਦੋਂ ਵੀ ਹੋ ਜਾਊਗਾ। ਠੀਕ ਹੈ ਜੀ, ਇੰਨੀ ਤਾਂ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ ਵੈਸੇ। ਠੀਕ ਹੈ ਜੀ, ਪੂਰਾ ਹੈਵੀ ਕੰਮ ਆ ਗਿਆ ਜਿਹੜਾ ਵੀ ਆਪਾਂ ਕਹਿੰਦੇ। ਲੈ ਬਾਈ, ਇਹ ਵੀ ਆਰਾਮ ਨਾਲ ਹੀ ਲੱਗ ਗਿਆ ਨਾ ਬਾਈ ਜੀ। ਹਾਂਜੀ, ਆਹ ਵੇਖੋ ਇਹਨੂੰ ਐ ਕਸੋਗੇ, ਲੈ ਬਾਈ ਖੜਕੂਗਾ ਨਾ, ਇਹ ਆਪਣਾ ਖੜਕੂਗਾ ਨਹੀਂ। ਲਓ ਬਾਈ, ਇਹ ਕਸਤਾ। ਇੱਕ ਹੋਰ ਆ ਵੀਰੇ, ਸਾਰੀ ਜਿਹੜੀ ਟੇਪ ਹੋਈ ਵੀ ਆ, ਇਹ ਰੇਡੀਅਮ ਦੇ ਵਿੱਚ ਹੋਈ ਵੀ ਆ, ਬਹੁਤ ਮਹਿੰਗੀ। ਹਾਂਜੀ, ਰੇਡੀਅਮ ਸੁਣੀ ਹੋਈ, ਜਿਹੜੀ ਮਹਿੰਗੀ ਵਾਲੀ ਹੁੰਦੀ, ਮਹਿੰਗੀ ਹੁੰਦੀ, ਜਗੂਗੀ ਰਾਤ ਨੂੰ। ਠੀਕ ਹੈ, ਚਮਕਣ ਵਾਲੀ ਟੇਪ ਕਹਿ ਦਿੰਦੇ ਹੁੰਦੇ ਜੀ। ਦੇਖੋ ਸਾਰੇ, ਜਿੰਨੀ ਵੀ ਟੇਪਿੰਗ ਹੋਈ ਆ, ਬਹੁਤ ਮਹਿੰਗੀ ਟੇਪ ਹੋਈ ਵੀ ਆ, ਇਹ ਨਹੀਂ ਹੈਗਾ, ਸਾਰੀ ਰੇਡੀਅਮ ਹੋਊਗੀ। ਠੀਕ ਹੈ ਜੀ, ਇੱਥੇ ਲਾਈਟਾਂ ਨੇ ਦਿੱਤੀ ਆ, ਵਜਾ ਕੇ ਜਿਹਨਾਂ ਲਾਈਟਾਂ ਲਾਉਣੀਆਂ ਦੇ ਵਿੱਚ ਲੱਗ ਜਾਣਾ। ਠੀਕ ਹੈ ਜੀ, ਸੱਲ ਮਾਰੋਗੇ ਇੱਥੇ ਫਸ ਜਾਣਾ। ਠੀਕ ਆ, ਤੇ ਇਦੋਂ ਵੀ ਜਿਵੇਂ ਕੋਈ ਘਾਟ ਬਾਤ ਹੋਈ, ਬਾਈ ਨੂੰ ਕਮੈਂਟ ਕਰ ਦਿਓ ਬਾਈ, ਬਾਈ ਆਪਾਂ ਦੱਸੋ, ਆਪਾਂ ਕੱਢ ਦਾਂਗੇ ਇਹਦੇ ਵਿੱਚ, ਆਪਦੇ ਵੱਲੋਂ ਤਾਂ ਨਹੀਂ ਕੋਈ ਕਸਰ ਛੱਡੀ, ਰਾਜ ਖੜਕਦੀ ਨਾ ਜਾਵੇ, ਬਹੁਤ ਮਜ਼ਬੂਤ ਆਪਾਂ ਲਾਇਆ ਹੈਗਾ, ਇੱਥੇ ਲੋਕ ਲੱਗ ਜਾਣਾ, ਪੂਰੇ ਲੋਕ ਲੱਗ ਜਾਣਾ ਹੈਗਾ। ਹਾਂਜੀ, ਠੀਕ ਆ। ਫੇਰ ਟਰਾਲੀ ਚੱਕੀ ਜਾਂਦੀ ਹੈ ਨਾ ਬਾਈ, ਇਹਨਾਂ ਜਦੋਂ ਆਪਾਂ ਕਰਕੇ ਉਹ ਹੋ ਜਾਂਦਾਗਾ, ਖਾਲੀ ਨਹੀਂ ਲੈ ਕੇ ਜਾਵਾਂਗੇ ਉਹਦੇ ਵਾਸਤੇ, ਜਦੋਂ ਜੈਕ ਆ ਉਹ ਤਾਂ ਫਿਰ ਆਪਾਂ ਤਾਂ ਚੱਕਣਾ ਪੈਣਾ। ਠੀਕ ਆ ਜੀ, ਇਹ ਦੋਨੇ ਪਾਸੇ ਚਾਸੀ ਬਹੁਤ ਮਜ਼ਬੂਤ ਲਾਈ ਹੈ।
ਠੀਕ ਹੈ ਜੀ, ਲੈ ਵੀ ਚਾਸੀ ਇੱਕ ਹੋਰ ਮਜ਼ਬੂਤ ਲਾਈ ਹੈਗੀ ਤੇ ਥੱਲੇ ਦਿਖਾਉਣੇ ਪਈ ਤੁਹਾਨੂੰ, ਇਹ ਬਹੁਤ ਮਜ਼ਬੂਤ, ਇਹਦੇ ਸਿਰ ਤੇ ਜੇ ਆਪਾਂ ਕਢਾਉਣੀ ਆ ਭਰ ਕੇ ਝੋਨਾ ਕਣਕ ਜਾਂ ਮਰਜ਼ੀ ਪੁਰਾਣੇ ਟਾਈਮ ਦੇ ਵਿੱਚ ਡਹੀ ਆਉਂਦੀ ਹੁੰਦੀ ਸੀ, ਇੱਕ ਤਾਂ ਥੱਲੇ ਲੌਂਕੇ ਆਉਂਦੀ ਹੁੰਦੀ ਹੈ ਨਾ, ਇੱਕ ਇਹਦੇ ਵਿੱਚੋਂ ਦੀ ਨਿਕਲ ਕੇ ਥੱਲੇ ਆ ਜਾਂਦੀ ਆ, ਉਹਦੇ ਨਾਲੋਂ ਇਹ ਜ਼ਿਆਦਾ ਮਜ਼ਬੂਤ ਆ ਨਾ ਬਈ, ਨਹੀਂ ਵੀਰੇ ਥੱਲੇ ਥੱਲੀ ਖੜ ਜਾਂਦੀ ਆ ਟਰਾਲੀ ਤਾਂ ਥੱਲੇ ਵੇਟ ਕਰਨਾ ਵੀ ਸੌਖਾ ਰਹਿੰਦਾ, ਜਿਹੜੀ ਚੈਨਲ ਦੀ ਚਾਸੀ ਆ ਨਾ ਉਹਨੂੰ ਇਹੀ ਲੱਗਣੀ ਹੈਗੀ ਆ, ਜਿਹੜੀ ਗਾਡਰ ਵਾਲੀ ਹੋਈ ਟਰਾਲੀਆਂ ਛੋਟੀਆਂ ਜਿਵੇਂ 11 6 ਦੀਆਂ ਬਣਦੀਆਂ, ਜਰਾਉਂ ਟੈਪ ਬਣਦੀਆਂ ਨਾ ਸਾਡੇ ਬਣਦੀਆਂ, ਇਹਦੇ ਬਹੁਤ ਮਸ਼ਹੂਰ ਟਰਾਲੀਆਂ ਸਾਡੇ, ਠੀਕ ਹੈ ਜੀ, ਬੈੱਡ ਬਹੁਤ ਮਜ਼ਬੂਤ ਆਏ ਨੇ ਵੀ ਇੱਕ ਦੋ ਬੰਦੇ ਚੱਕ ਕੇ ਲਾ ਦੇਣਗੇ, ਠੀਕ ਹੈ ਬਈ, ਡਿਮਾਂਡ ਰੱਖੇ ਬਈ ਜੀ 3 ਲੱਖ ਵੀਰੇ ਮੰਗਣ ਦਾ ਜਿੰਨੇ ਮਰਜ਼ੀ 3.5 ਲੱਖ ਦੀ ਆਪਾਂ ਗਾਹਕ ਨੂੰ ਦੇਵਾਂਗੇ, 3.5 ਲੱਖ ਹਾਂ, 10,000 ਦੇ ਆਪਾਂ ਟਾਇਰ ਜੇ ਕਿਸੇ ਨੇ ਨਹੀਂ ਲੈਣੇ ਆਪਾਂ ਕੱਟ ਦਾਂਗੇ, ਕੱਟ ਲਾਂਗੇ, ਪਰ ਜੇ ਕਣਕ ਝੋਨਾ ਢੋਣਾ ਹੋਇਆ ਤਾਂ ਦੇਣਗੇ ਕੰਮ, ਠੀਕ ਹੈ, ਕੰਮ ਦੇਣ ਵਾਲੇ ਟਾਇਰ ਕੰਮ ਨਹੀਂ, ਕਈ ਵਾਰੀ ਚਲੋ ਬੰਦੇ ਨੇ ਨਵੇਂ ਪਾਉਣੇ ਆ ਅੱਧੇ ਪਾਉਣੇ ਆ, ਉਹ ਅਗਲੇ ਦੀ ਮਰਜ਼ੀ ਜਿਹੋ ਜਿਹੇ ਮਰਜ਼ੀ ਪਾ ਲਏ, ਜਿਹੋ ਜਿਹਾ ਕੰਮ ਅਗਲੇ ਦਾ, ਠੀਕ ਹੈ ਬਈ, ਗੰਨਾ ਢੋਲੇ ਕਣਕ ਮੱਕੀ ਝੋਨਾ ਬੇਫਿਕਰ ਹੋ ਕੇ ਢੋਈ ਜਾਵੇ ਜਿਵੇਂ ਪੂਰਾ ਸੋਹਣਾ ਲੋਹਾ ਲੱਗਿਆ ਵਾ, ਫਿਰ ਤੁਸੀਂ ਆਏ ਆ ਵੀ ਜੇ ਥੱਲਿਓ ਲੋਹਾ ਸਾਫ਼ ਹੋ ਫੇਰ ਹੀ ਰੰਗ ਦੀ, ਫੇਰ ਰੰਗ ਦੀ ਕੁਆਲਿਟੀ ਦਾ ਫਾਇਦਾ ਗਾ, ਠੀਕ ਆ ਬਈ, ਜੇ ਲੋਹੇ ਮਾੜਾ ਨਿਕਲ ਗਿਆ ਫਿਰ ਕੱਲਾ ਰੰਗ ਵੀ ਕੀ ਕਰੂਗਾ ਨਾ ਬਈ, ਠੀਕ ਆ, ਆ ਫਰਮ ਆਪਣੀ ਗੁਰੂ ਕਿਰਪਾ ਨਾਲ ਤੇ, ਠੀਕ ਆ ਬਈ, ਤੇ ਫਰਮ ਰੱਖ ਲਓ ਬਈ ਯਾਦ, ਤੇ ਫੋਨ ਨੰਬਰ ਬਾਈ ਦਾ ਬੈਕ ਸਾਈਡ ਤੇ ਇੱਕ ਵਾਰੀ ਹੋਰ ਦਿਖਾ ਦੇਣਾ, ਵੱਡੀ ਗੱਲ ਹੋਰ ਆ ਵੀ ਇਹਨੂੰ ਜ਼ਿਮੀਂਦਾਰੀ ਬਣਾਉਂਦਾ ਏ, ਜ਼ਿਮੀਂਦਾਰੀ ਵੇਚੂਗਾ ਤੇ ਜ਼ਿਮੀਂਦਾਰੀ ਖਰੀਦੂਗਾ ਬਸ, ਠੀਕ ਆ ਜੀ, ਜਿਵੇਂ ਕਹਿ ਲਈਏ ਆਪਾਂ ਟੈਲੈਂਟ ਵਾਲਾ ਕੰਮ ਹੈਗਾ, ਠੀਕ ਆ ਬਈ, ਇਹ ਬਾਈ ਦਾ ਨੰਬਰ ਹੈਗਾ, ਕੰਟੈਕਟ ਕਰ ਲਿਓ, ਠੀਕ ਆ ਬਈ ਅਮਰਜੀਤ, ਬਹੁਤ ਬਹੁਤ ਧੰਨਵਾਦ ਬਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਚਲੋ ਬਾਈ ਜੀ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ, ਮਿਲਦੇ ਕਿਸੇ ਨਵੀਂ ਵੀਡੀਓ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।